ਤੇ ਤੁਸੀਂ ਆਪਣਿਆਂ ਦੇ ਬਗਾਨਿਆਂ ਵਿੱਚ ਫੜ ਕੇ ਰੱਖੀ ਦੀ ਸੰਗਤ ਇਸ ਨਗਰ ਦੀ ਨਹੀਂ ਆਸੇ ਪਾਸੇ ਦੇ ਨਗਰਾਂ ਦੀ ਵੀ ਸੰਭਾਲੇਗੀ ਬੋਲੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਲੰਬੀ ਹਲਕੇ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਲੜਨ ਨੂੰ ਲੈ ਕੇ ਸਸਪੈਂਸ ਬਰਕਰਾਰ ਰੱਖਿਆ ਗਿਆ ਹੈ ਪਰ ਬੀਤੇ ਦਿਨਾਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਲੰਬੀ ਹਲਕੇ ਦੇ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ਨੇ ਲੰਬੀ ਹਲਕੇ ਦੀ ਸਿਆਸਤ ਗਰਮਾ ਦਿੱਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਵਿਖੇ ਬੋਲਦਿਆਂ ਕਿਹਾ ਕਿ ਜਿੰਨਾ ਨੁਕਸਾਨ ਕਾਂਗਰਸ ਨੇ ਸੂਬੇ ਦੇ ਧਾਰਮਿਕ ਆਰਥਿਕ ਅਤੇ ਰਾਜਸੀ ਤੌਰ 'ਤੇ ਕੀਤਾ ਉਹਨਾਂ ਨੁਕਸਾਨ ਮੁਗਲ ਹਕੂਮਤ ਅਤੇ ਅੰਗਰੇਜ਼ ਹਕੂਮਤ ਨੇ ਵੀ ਨਹੀਂ ਕੀਤਾ ਆਪਣੇ ਮੁਲਕ ਦੀ ਸਰਕਾਰ ਕਾਂਗਰਸ ਦੀ ਸਰਕਾਰ ਜਿਹੜੀ ਦੇਸ਼ ਦੀ ਸਰਕਾਰ ਹੈ ਉਹਨੇ ਉਹਨਾਂ ਤੋਂ ਵੀ ਵੱਧ ਜ਼ੁਲਮ ਕੀਤੇ ਫੌਜੀ ਹਮਲਾ ਸਾਰੀ ਦੁਨੀਆ ਚ ਜੇ ਕਿਸੇ ਪਵਿੱਤਰ ਸਥਾਨ ਤੇ ਫੌਜੀ ਹਮਲਾ ਹੋਇਆ ਹੈ ਤੋਪਾਂ ਨਾਲ ਟੈਂਕਾਂ ਨਾਲ ਫੌਜ ਚੜਾਈ ਹੈ ਤਾਂ ਕਾਂਗਰਸ ਦੀ ਸਰਕਾਰ ਨੇ ਚੜਾਈ ਹੈ ਉੱਥੇ ਹੁਣ ਜੇ ਆਪਣੇ ਇੱਥੇ ਪੰਜਾਬ ਤੇ ਰਾਜ ਕਰੇ ਤਾਂ ਵੇਖੋ ਮੈਂ ਕੀ ਆਖਾਂ ਲੋਕਾਂ ਨੂੰ ਤੁਹਾਨੂੰ ਨਹੀਂ ਮੈਂ ਆਖਦਾ ਤੁਸੀਂ ਤਾਂ ਕਦੇ ਉਹਨਾਂ ਨੂੰ ਰਾਜ ਕਰਨ ਵਾਸਤੇ ਮਦਦ ਨਹੀਂ ਕੀਤੀ ਪਰ ਫਿਰ ਲਾਂਤ ਵਾਲੀ ਗੱਲ ਹੈ ਨਾ ਫਿਰ ਸੋਚ ਦੀ ਗੱਲ ਹੈ ਨਾ ਕਿ ਇਹ ਜ਼ਾਲਮ ਲੋਕਾਂ ਨੂੰ ਤੁਸੀਂ ਤਾਕਤ ਦਿੰਦੇ ਕੱਲਾ ਧਾਰਮਿਕ ਤੌਰ ਤੇ ਨਹੀਂ ਉਹਨਾਂ ਨੇ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਵੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਨਹੀਂ ਇਲੈਕਸ਼ਨ ਤਾਂ ਦੇਖੋ ਇਲੈਕਸ਼ਨ ਕਮਿਸ਼ਨ ਦੇ ਵੱਸ ਹੈ ਠੀਕ ਹੈ ਇਲੈਕਸ਼ਨ ਕਮਿਸ਼ਨ ਵੀ ਸਰਕਾਰ ਦੇ ਅਸਰ 'ਚ ਹੀ ਹੁੰਦੇ ਹੈ ਪਰ ਮੇਰਾ ਨਹੀਂ ਖਿਆਲ ਕਿ ਪੋਸਟਪੋਨ ਕਿਸ ਤਰ੍ਹਾਂ ਦੀ ਉਮੀਦ ਹੋਣੀ ਉਮੀਦ ਜਿਤਾ ਰਹੇ ਹੈਗੇ ਤੁਸੀਂ ਵੀ ਨਹੀਂ ਹੋਣੇ ਚਾਹੀਦੇ ਹੈਗੇ ਵੀ ਸਰਕਾਰਾਂ ਜੇਕਰ ਬੀਜੇਪੀ ਜਿਹੜਾ ਹੈਗਾ ਆਪਣੇ ਪੈਰ ਜਮਾਉਣ ਦੀ ਖਾਤਰ ਇੱਥੇ ਕੋਈ ਚਾਹਸ ਵੀ ਰੱਖ ਸਕਦੀ ਹੈ ਦੇਖੋ ਮੈਂ ਇਹ ਗੱਲਾਂ ਕਿਸੇ ਪਾਰਟੀ ਕੀ ਕਰਦੀ ਹੈ ਹਰ ਪਾਰਟੀ ਦਾ ਹੱਕ ਹੈ ਕਿ ਆਪਣੀ ਗੱਲ ਇਹ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਹੜੀ ਪਾਰਟੀ ਸਾਡੇ ਹਮਦਰਦ ਹੈ ਕਿਹੜੀ ਸਾਡੇ ਖਿਲਾਫ ਹੈ ਪਿਛਲਾ ਰਿਕਾਰਡ ਕਿਸੇ ਦਾ ਕੀ ਹੈ ਹੁਣ ਕੋਈ ਕੀ ਕਰ ਰਿਹਾ ਹੈ ਅੱਜ ਕੱਲ੍ਹ ਲੋਕ ਸਭ ਚੀਜ਼ ਸਮਝਦੇ ਹਰ ਘਰ 'ਚ ਟੈਲੀਵਿਜ਼ਨ ਹੈ ਅਖਬਾਰ ਵੀ ਪੜ੍ਹਦੇ ਹੈ ਇਸ ਕਰਕੇ ਲੋਕ ਸਮਝਦੇ ਆ ਵੀ ਸਾਡੀ ਪਾਰਟੀ ਜਿਹੜੀ ਹਮਦਰਦ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਸ ਇਹ ਗੱਲ ਜਥੇਦਾਰ ਸਾਬਕਾ ਜਥੇਦਾਰ ਪ੍ਰਤਾਪ ਸਿੰਘ ਦੇ ਇੱਕ ਪਰਿਵਾਰ ਦੇ ਉੱਤੇ ਜਿਹੜਾ ਹਮਲਾ ਹੋਇਆ ਗਿਆ ਕਾਤਲਾਨਾ ਹਮਲਾ ਹੋਇਆ ਉਸ ਜਥੇਦਾਰ ਸਾਬਕਾ ਜਥੇਦਾਰ ਪ੍ਰਤਾਪ ਸਿੰਘ ਦੇ ਪਰਿਵਾਰ ਦੇ ਉੱਤੇ ਹਮਲਾ ਹੋਇਆ ਅੱਜ ਕਿਸ ਤਰ੍ਹਾਂ ਦੇਖਦੇ ਹੋ ਸਵੇਰੇ ਅੱਜ ਸਵੇਰੇ ਹਾਂ ਸਵੇਰੇ ਹੋਇਆ ਦੇਖੋ ਮੈਂ ਪੜ੍ਹਿਆ ਨਹੀਂ ਦੇਖੋ ਮਾਫ ਕਰਨਾ ਮੈਂ ਅਖਬਾਰ ਲੇਟ ਆਉਂਦੇ ਹੈ ਤੇ ਵੇਖੋ ਇਹ ਜੇ ਹਰਕਤਾਂ ਲਾ ਐਂਡ ਆਰਡਰ ਤਾਂ ਖਤਮ ਹੀ ਹੋ ਗਿਆ ਨਾ ਬੰਬ ਚੱਲਣ ਲੱਗ ਪਏ ਜਥੇਦਾਰ 'ਤੇ ਹਮਲਾ ਹੋ ਗਿਆ ਤੁਸੀਂ ਆਖਦੇ ਹੋ ਗੁਟਕੇ ਸਾਹਿਬ 'ਤੇ ਸਾਰਾ ਕੁਛ ਹੋ ਰਿਹਾ ਇਹ ਮਤਲਬ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਮਜੀਠੀਆ ਸਾਹਿਬ ਦੇ ਮਾਮਲੇ ਨੂੰ ਲੈ ਕੇ ਜਿਹੜਾ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੈਗੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸ ਕੀ ਦੇਖੋ ਜੀ ਉਹ ਸਭ ਨੂੰ ਪਤਾ ਵੀ ਇਹ ਬਦਲਾ ਲਓ ਨੀਤੀ ਨਾਲ ਹੀ ਕਰਦੇ ਆ ਤੇ ਮੇਰੇ ਖਿਆਲ ਰਾਤ ਮਿਲੂਗੀ ਹਾਈ ਕੋਰਟ 'ਚ ਕਿਸਾਨ ਸੰਯੁਕਤ ਮੋਰਚਾ ਜਿਹੜਾ ਹੈਗਾ ਇੱਕ ਤੀਸਰੀ ਧਿਰ ਪਾਰਟੀ ਨਾਲ ਰਲਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਹੈਗੀਆਂ ਆਮ ਆਦਮੀ ਪਾਰਟੀ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਇਹਨਾਂ ਦੀ ਮਰਜ਼ੀ ਹੈ ਇਹ ਤਾਂ ਕਿਸੇ ਦੀ ਮਰਜ਼ੀ ਹੈ ਜੋ ਮਰਜ਼ੀ ਕਰੇ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਕਿ ਫੈਸਲਾ ਠੀਕ ਹੈ ਕਿ ਗਲਤ ਹੈ